ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬੀਆਂ ਨੂੰ ਮਿਲੇਗੀ ਰਾਹਤ ਇੰਨੀ ਸਸਤੀ ਹੋਵੇਗੀ ਬਿਜਲੀ ਤੇ ਘੱਟ ਆਉਣਗੇ ਬਿੱਲ ਪੂਰੀ ਵੀਡੀਓ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਇਸ ਦੇ ਲਈ ਹੁਣ ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦੇ ਐਲਾਨ ਕਰ ਰਹੀ ਆ ਇਸ ਦੇ ਤਹਿਤ ਸੂਬੇ ਦੇ ਵਿੱਚ ਬਿਜਲੀ ਦਰਾਂ ਕੁਝ ਘਟਾਉਣ ਦੀ ਚਰਚਾ ਚੱਲ ਰਹੀ ਆ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਅਤੇ ਉਹਨਾਂ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਇਹ ਪੂਰੀ ਪੰਤ ਪਤਾ ਹੈ ਕਿ ਅਸੈਂਬਲੀ ਚੋਣਾਂ ਦੇ ਵਿੱਚ ਮਹਿੰਗੀ ਬਿਜਲੀ ਦਾ ਮੁੱਦਾ ਭੱਗ ਸਕਦਾ ਹੈ ਵਿਰੋਧੀ ਧਿਰ ਸਾਨੂੰ ਬਿਲਕੁਲ ਵੀ ਇਸ ਮੁੱਦੇ ਤੇ ਬਖਸ਼ੇਗੀ ਨਹੀਂ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਘਰੇਲੂ ਖਪਤਕਾਰਾਂ ਦੇ ਲਈ ਬਿਜਲੀ ਦਰ ਘਟਾਉਣ ਲਈ ਆਖ ਦਿੱਤਾ ਹੈ ਸੂਤਰਾਂ ਦੇ ਅਨੁਸਾਰ ਇਹੇ ਦਰਾਂ 32% ਲਗਭਗ 1 ਤਿਹਾਈ ਤੱਕ ਘਟ ਸਕਦੀਆਂ ਨੇ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਪੰਜਾਬ ਸਰਕਾਰ ਇੰਨੀਆਂ 32% ਜੁਨਟਾਂ ਨੂੰ ਘਟਾ ਦੇਵੇ ਜਾਨੀ ਕਿ ਇੱਕ ਹਿੱਸਾ ਜਿਹੜੇ ਬਿੱਲ ਆ ਜੁਨਟਾਂ ਦਾ ਰੇਟ ਘਟਾ ਦੇਵੇ ਤਾਂ ਕਮੈਂਟ ਸੈਕਸ਼ਨ ਚ ਯੈਸ ਲਿਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ 20 ਦਸੰਬਰ ਦੇ ਵਿੱਚ ਪੀਐਸਪੀਸੀਐਲ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਤੱਕ ਪਹੁੰਚ ਕਰਕੇ ਬਿਜਲੀ ਦਰਾਂ ਦੇ ਵਿੱਚ 9% ਦੀ ਵਾਧਾ ਕਰਨ ਦੀ ਆਖਿਆ ਸੀ ਪਰ ਹੁਣ ਸਰਕਾਰ ਅਤੇ ਉਸ ਦੇ ਉੱਤੇ ਦਰਾਂ ਘਟਾਉਣ ਲਈ ਦਬਾਅ ਪਾ ਦਿੱਤਾ ਇਹ ਪੰਜਾਬ ਕੈਬਨਿਟ ਦੀ ਤਾਜ਼ਾ ਮੀਟਿੰਗ ਦੌਰਾਨ ਮੰਤਰੀਆਂ ਨੇ ਸੂਬੇ ਦੇ ਵਿੱਚ ਵੱਧ ਬਿਜਲੀ ਦਰਾਂ ਦੇ ਉੱਤੇ ਇਤਰਾਜ਼ ਪ੍ਰਗਟਾਇਆ ਤੇ ਵਿਰੋਧੀ ਆਮ ਆਦਮੀ ਪਾਰਟੀ ਸਦਾਂ ਸੂਬੇ ਦੇ ਵਿੱਚ ਇਹ ਮੁੱਦਾ ਚੁੱਕਦਿਆਂ ਇਹ ਦਾਵਾ ਕਰਦੀ ਹੈ ਕਿ ਉਸ ਦਾ ਦਿੱਲੀ ਮਾਡਲ ਜਾਦਾ ਵਧੀਆ ਹੈ ਜਿਸ ਦੌਰਾਨ ਪੀਐਸਪੀਸੀਐਲ ਨੇ ਦਾਅਵਾ ਕੀਤਾ ਕਿ ਮੌਜੂਦਾ ਬਿਜਲੀ ਦਰਾਂ ਦੇ ਨਾਲ ਉਸ ਨੂੰ 3003 ਕਰੋੜ ਰੁਪਏ ਦਾ ਘਾਟਾ ਪੈ ਚੁੱਕਾ ਫਿਰ ਵੀ ਉਸਨੇ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੁਣ ਸਾਲ 2021 ਅਤੇ 22 ਦੇ ਅੰਤ ਵਿੱਚ ਆਮਦਨ ਦਾ ਕੁੱਲ ਅੰਤਰ 9807 ਕਰੋੜ ਰੁਪਏ ਦੇ ਹੋਣ ਦਾ ਨਿਮਾਨਾ ਦੋ ਕਿਲੋ ਤੱਕ ਦੇ ਲੋਡ ਵਾਲੇ ਘਰੇਲੂ ਖਪਤਕਾਰਾਂ ਦੇ ਲਈ ਪੀਐਸਪੀਸੀਐਲ ਪਹਿਲੀਆਂ 100 ਜੁਨਟਾਂ ਦੀ ਦਰ ਮੌਜੂਦਾ 4.49 ਰੁਪਏ ਤੋਂ ਘਟਾ ਕੇ 3 ਰੁਪਏ 20 ਪੈਸੇ ਕਰ ਸਕਦਾ ਜੋ ਕਿ ਪਿਛਲੀਆਂ ਪ੍ਰਸਤਾਵਿਤ ਦਰਾਂ ਤੋਂ 32% ਘਟ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਦਰਾਂ ਦੇ ਵਿੱਚ ਘਾਟਾ ਉਦਯੋਗੀਗਤ ਅਤੇ ਗੈਰ-ਕਰੇ ਲੋਖ ਖਪਤਕਾਰਾਂ ਕੱਲੋਂ ਵਸੂਲ ਕੀਤਾ ਜਾਵੇਗਾ ਇਸ ਦੌਰਾਨ ਆਲ ਇੰਡੀਆ ਪਾਵਰ ਇੰਜੀਨੀਅਰਸ ਐਸੋਸੀਏਸ਼ਨ ਦੇ ਬੁਲਾਰੇ ਵੀ ਕੇ ਗੁਪਤਾ ਨੇ ਦਾਵਾ ਕੀਤਾ ਹੈ ਕਿ ਪੀਐਸਪੀਸੀਐਲ ਦੇ ਪ੍ਰਬੰਧਕ ਇਸ ਵੇਲੇ ਦਬਾਅ ਹੇਠਾਂ ਕੰਮ ਕਰ ਰਹੇ ਹਨ